ਵੈਸੇ ਬੜਾ ਮਾਣ ਇਸ ਚੀਜ਼ ਦਾ ਹੈਗਾ ਜਿਹਨਾਂ ਨਾਲ ਮੈਂ ਪਹਿਲੀਆਂ ਦੇ ਵਿੱਚ ਆ ਕੇ ਗੱਡੀਆਂ ਖੇਡੀਆਂ ਫਿਰ ਉਹਨਾਂ ਦੇ ਬੱਚੇ ਇਲੈਕਸ਼ਨ ਦੇ ਜਵਾਨ ਹੋਏ ਤਾਂ ਹੁਣ ਉਹਨਾਂ ਦੇ ਗਾਹ ਬੱਚੇ ਹਾਂਜੀ ਤਿੰਨ ਤਿੰਨ ਜਨਰੇਸ਼ਨਾਂ ਅਤੇ ਜੇ ਮੈਂ ਕਈ ਵਾਰੀ ਮਨ ਨੂੰ ਸੋਚਦਾ ਉਹਨਾਂ ਦੇ ਉੱਪਰ ਵਾਲਿਆਂ ਤੋਂ ਬੜਾ ਹੀ ਗਿਆਨੂ ਆ ਪੱਚੀ ਪੱਚੀ ਤੀਹ ਤੀਹ ਕਾਰਾਂ ਇੱਕ ਪਰਿਵਾਰ 'ਚ ਗਈਆਂ ਜਦੋਂ ਟੈਲੀ ਅਪ ਕਰਦੇ ਹਾਂ ਲੱਖ ਤੋਂ ਉੱਤੇ ਵੀ ਗੱਡੀ ਮੈਂ ਆਪਣੇ ਹੱਥੀ ਪਲੇਟਾਂ ਲਾਈਆਂ ਸੋ ਹਰ ਤੀਜੀ ਚੌਥੀ ਕਾਰ ਤਾਂ ਕਈ ਵਾਰ ਜਦੋਂ ਰੋਡ 'ਤੇ ਜਾਂਦੇ ਹਨ ਉੱਥੇ ਪਿੱਛੇ ਲੱਗਿਆ ਵੇਖਦੇ ਨੇ ਸੁੱਖੀ ਮਾਰਕ ਮੋਟਰਸ ਮੈਂ ਕਰਾਂਗੀ ਇੱਥੇ ਵੀ ਛਾ ਗਏ ਜੀ ਸੋ ਜੇ ਆਪਾਂ ਇੱਕ ਕਾਰਾਂ ਨੂੰ ਇੱਕ ਪਾਸੇ ਰੱਖ ਦਈਏ ਕਿਉਂਕਿ ਕਮਿਊਨਿਟੀ ਨੂੰ ਬਿਲਡ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਕਈ ਵਾਰੀ ਤੁਹਾਡੇ ਨਾਲ ਗੱਲ ਹੁੰਦੀ ਹੈ ਤੁਸੀਂ ਕਹਿੰਦੇ ਕਿ ਮੈਂ ਤਾਂ ਇੰਡੀਆ ਚੱਲੇ ਹਾਂ ਧੀਆਂ ਧਿਆਣੀਆਂ ਨੂੰ ਵਿਆਹੁਣ ਚੱਲੇ ਹਾਂ ਕਦੇ ਕਿਸਦੀਆਂ ਅੱਖਾਂ ਬੜਵਾਉਣ ਚੱਲੇ ਹਾਂ ਇੰਸਪੀਰੇਸ਼ਨ ਇਹ ਕਿਉਂ ਇਹ ਕਿੱਥੋਂ ਮਿਲਦੀ ਹੈ ਇਹ ਵੈਸੇ ਰਵਿੰਦਰ ਮੈਂ ਅਕਸਰ ਤੁਸੀਂ ਜਦੋਂ ਵੀ ਤੁਹਾਡੇ ਨਾਲ ਮੈਂ ਗੱਲ ਕਰਦਾ ਮੇਰਾ ਬਹੁਤੀ ਵਾਰੀ ਮੇਰੀ ਗੱਲਬਾਤ ਦੇ ਵਿੱਚ ਉੱਪਰ ਵਾਲੇ ਦਾ ਜ਼ਿਕਰ ਬਹੁਤ ਆਉਂਦਾ ਬਿਲਕੁਲ ਦੋਸਤ ਕਰਕੇ ਮੈਂ ਗੋਡ ਫੀਅਰ ਹਿਊਮਨ ਹੈ ਮੈਂ ਰੱਬ ਦਾ ਬੜਾ ਡਰ ਰੱਖਦਾ ਅਤੇ ਜੇ ਰਵਿੰਦਰ ਰੈਲੀਪਾਲ ਅਤੇ ਸੁੱਖੀ ਵਾਰਡ ਹੁਣ ਵੀ ਖੜ੍ਹੇ ਨੇ ਜੇ ਗੱਲਾਂ ਕਰਦੇ ਨੇ ਤਾਂ ਰੱਬ ਤਾਂ ਹੁਣ ਵੀ ਵੇਖ ਰਿਹਾ ਜੀ ਸੋ ਜਦੋਂ ਇੱਦਾਂ ਕਦਾ ਮਨ ਦੇ ਵਿੱਚ ਤੁਹਾਨੂੰ ਸੈਟਅਪ ਜੀ ਹੋ ਜਾਏ ਤੁਹਾਨੂੰ ਚਾਰ ਜਿਹਾ ਵਜੇ ਅਤੇ ਫਿਰ ਤੁਸੀਂ ਨੈਚੁਰਲੀ ਆ ਤੁਸੀਂ ਜੋ ਵੀ ਕਰਨਾ ਚਾਹੁੰਦੇ ਆ ਤੁਹਾਨੂੰ ਇੱਦਾਂ ਲੱਗਦਾ ਹੁੰਦਾ ਕਿ ਮੈਂ ਉਹ ਕਰਾਂ ਜਿਹਦੇ ਨਾਲ ਮੇਰਾ ਰੱਬ ਖੁਸ਼ ਹੋ ਜਾਏ ਅਤੇ ਸਕੂਨ ਵੀ ਮਿਲੇ ਸਕੂਨ ਮਿਲੇ ਨੈਚੁਰਲੀ ਅਤੇ ਉਹ ਪੈਸਾ ਉਹ ਵੱਡਾ ਕਾਰ ਵੱਡੀਆਂ ਗੱਡੀਆਂ ਵੱਡਾ ਬੈਂਕ ਬੈਲੈਂਸ ਉਹ ਵੀ ਕੀ ਕਰਨਾ ਜੇ ਰਾਤ ਨੂੰ ਸੌਣ ਵਾਲੀ ਗੋਲੀ ਲੈ ਕੇ ਸੌਣਾ ਦੇ ਬਿਲਕੁਲ ਜੀ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਲਿਖਿਆ ਸੀ ਕਹਿੰਦਾ ਬੈਨੀਪਾਲ ਦੇ ਉੱਤੇ ਰੱਬ ਨੇ ਮਿਹਰ ਬੜੀ ਕੀਤੀ ਕਾਰ ਬਸ ਦੀ ਨਾਸ ਰੱਖੀ ਰੱਬ ਨੇ ਹੈ ਦਿੱਤੀ ਰੱਬ ਨੇ ਲਕੋ ਕੇ ਨਹੀਂ ਜੀ ਕੁਝ ਰੱਖਿਆ ਹਾਂਜੀ ਜੀ ਬੜਾ ਮੈਂ ਵੈਸੇ ਚਲੋ ਸਾਰੇ ਜਾਣਦੇ ਹੀ ਨੇ ਜੀ ਇੰਨਾ ਦਵਿੰਦਰ ਭਾਅ ਜੀ ਵੀ ਆਨੈਸਟ ਵਿੱਚ ਜੀ ਮੈਂ ਕਈ ਵਾਰੀ ਭਾਵਕ ਹੋ ਜਾਂਦਾ ਜਦੋਂ ਮੈਂ ਉੱਪਰ ਵਾਲੇ ਦੀਆਂ ਜਿਹੜੀਆਂ ਉਹ ਮੈਨੂੰ ਬਖਸ਼ਾਂ ਦਿੱਤੀਆਂ ਰਹਿਮਤਾਂ ਦਿੱਤੀਆਂ ਮੈਂ ਤੇ ਸੋ ਜਦੋਂ ਆਪਾਂ ਗੱਲ ਕਰਦੇ ਹਾਂ ਤੁਸੀਂ ਹਰ ਵਾਰੇ ਜਾਂਦੇ ਹੋ ਲਾਸਟ ਵੀਕ ਵੀ ਆਈ ਥਿੰਕ ਗੱਲ ਹੋਣੀ ਹੈ ਮੈਂ ਬਿਲਾ ਭਾਜੀ ਨਾਲ ਗੱਲ ਕਰ ਰਿਹਾ ਸੀ ਬੀਐਨਬੀ ਪ੍ਰੈਸਿਸ ਤੋਂ ਉਹ ਕਹਿੰਦੇ ਇਸ ਤਰ੍ਹਾਂ ਤਿਆਰੀਆਂ ਕਰਨ ਲੱਗੇ ਹੋਏ ਜੀ ਫਿਰ ਹਾਂਜੀ ਵੈਸੇ ਜਿਹੜਾ ਇੰਡੀਆ ਦੇ ਅੰਦਰ ਬੜਾ ਵੱਡਾ ਇੱਕ ਆਪਣਾ ਉਹ ਕਾਫਲਾ ਬਣ ਗਿਆ ਬੜਾ ਵੱਡਾ ਫੰਕਸ਼ਨ ਹੁੰਦਾ ਹੈ ਲਾਸਟ ਈਅਰ ਦੇ ਵਿੱਚ ਜਿਹੜਾ ਆਪਾਂ ਮਾਰਚ ਦੇ ਉੱਤੇ ਅਸੀਂ ਵਾਪਸੀ ਆਈ ਔਰ ਤੁਸੀਂ ਵੀ ਰਜਿਸਟ੍ਰੇਸ਼ਨ 'ਤੇ ਟਾਈਮ ਟੂ ਟਾਈਮ ਨੂੰ ਕਵਰਿੰਗ ਦਿੰਦੇ ਰਹੇ ਅਤੇ ਮੈਂ ਅੱਜ ਵੀ ਚਲੋ ਸਰੋਤਿਆਂ ਨਾਲ ਮੌਕਾ ਮਿਲਿਆ ਅਤੇ 47 ਪਿੰਡਾਂ ਦੇ ਵਿੱਚ ਆਪਾਂ ਵੱਖਰੇ ਵੱਖਰੇ ਕੈਂਪ ਲਾਏ ਅੱਛਾ ਜੀ ਅਤੇ ਉਹਨਾਂ ਦੇ ਵਿੱਚ ਤਕਰੀਬਨ 42,000 ਦੇ ਲੋਕ ਚੈੱਕਅਪ ਲਿਆਏ ਅੱਛਾ ਜੀ ਜਿਹਨਾਂ ਨੂੰ ਐਟਲੀਸਟ ਜੇ ਆਖੋ ਜੀ ਠੀਕ ਹੈ ਤਾਂ ਐਟਲੀਸਟ ਉਹਨੂੰ ਜਿੱਦਾਂ ਦਵਾਈ ਪਾਉਣ ਨੂੰ ਅੱਖ ਸਾਫ਼ ਕਰਨ ਨੂੰ ਉਹਨਾਂ ਨੂੰ ਐਟਲੀਸਟ ਉਹਨਾਂ ਨੂੰ ਦਿੱਤੀਆਂ ਜੀ ਜੀ ਅਤੇ 6,23 ਆਪਾਂ ਲਾਸਟ ਈਅਰ ਆਪਾਂ ਜਿਹਨਾਂ ਨੂੰ ਵਿਜ਼ਨ ਗਲਤ ਹੋ ਗਈ ਸੀਗੀ ਲੇਜ਼ਰ ਦੇ ਨਾਲ ਉਹਨਾਂ ਦੇ ਆਪਰੇਸ਼ਨ ਕੀਤੇ 6,23 ਪੀਪਲ ਸੋ ਨਾਲ 18 ਲੜਕੀਆਂ ਦੀਆਂ ਸ਼ਾਦੀਆਂ ਸੀ ਜਿਹਨਾਂ ਨੂੰ ਮਿਲਾ ਕੇ 98 ਲੜਕੀਆਂ ਦੀ ਡੋਲੀ ਆਪਣੇ ਘਰੋਂ ਹੁਣ ਤਾਂ ਉੱਠੀ ਮੇਰੇ ਪਿੰਡ ਵਾਲੇ ਘਰ 'ਚੋਂ ਸੋ ਉਸ ਵੱਬ ਮਿਲਿਆ ਪਿਛਲੇ ਮਹੀਨੇ ਪਿਛਲੇ ਵਾਲੇ ਦੋ ਵੀਕਾਂ ਹੋਈਆਂ ਕੈਨੇਡਾ ਵਿੱਚ ਇੱਕ ਧੀ ਵਿਆਹੁਣ ਦਾ ਮੌਕਾ ਮਿਲ ਗਿਆ ਬਹੁਤ ਅੱਛੀ ਸੋ ਘਰ ਉੱਧਰ ਵੀ ਬੜਾ ਅਸੀਂ ਫੁੱਲ ਬੂਟੇ ਬੜੇ ਸਜਾਏ ਅਤੇ ਸਾਡੇ ਘਰ ਅੱਜ ਫਿਰ ਕੁੜੀ ਦੀ ਡੋਲੀ ਉੱਠਣੀ ਹੈ ਸੋ ਇਹ ਨਾਲ ਜਿਹੜਾ ਮੈਨੂੰ ਵੈਸੇ ਇਹ ਚੀਜ਼ ਦਾ